Dear kids, welcome all of you. Uh, today our topic is changing family trends of class 5th subject EVS. Dear kids, the family trends are changing day by day. Earlier families were joint family where grandparents, paternal uncles, and their wives, their children lived together. But nowadays families are nuclear families nuclear families are those families in which the parents and their children live these are the small families in joint family children remain safe and grow up better they learn how to respect their elders uh, feeling of sacrifice but nowadays in nuclear families children Prefer to sit before the television or play games on mobile uh, phone till late night. The parents should share, spare some time for their children. Otherwise, their relation with the elders will not last longer. So, let us start the chapter. Changing family trends. Raju's father walked in the city he started living there as the village was much far from the city he often came to the village along with his family raju had some vacation so this year the whole family had come to the village for some days dear kids our mother tongue is hindi aur punjabi so we have to understand this chapter in in our mother tongue also so i will discuss in hindi aur punjabi so let us start bachcho raju de jada pita si oh shehar vich kaam karda si te jada da shehar si oh pind ton kafi dur si te oh aam taur te apne parivar naal pind aunda si ਤੇ ਜਦੋਂ ਰਾਜੂ ਨੂੰ ਗਰਮੀ ਦੀ ਛੁੱਟੀਆਂ ਹੋਈਆਂ ਤੇ ਇਸ ਵਾਰ ਵੀ ਉਹ ਸਾਰਾ ਸਾਰਾ ਪਰਿਵਾਰ ਕੁਛ ਦਿਨਾਂ ਲਈ ਪਿੰਡ ਆਇਆ ਸੀ टुडे ਰਾਜੂ ਹੈਜ਼ ਗੋਨ ਟੂ ਪਲੇ ਵਿਦ ਦਾ ਵਿਲੇਜ ਬாய் ਸਿンス ਮਾਰਨਿੰਗ ਸਵੇਰ ਤੋਂ ਹੀ ਰਾਜੂ ਪਿੰਡ ਦੇ ਮੁੰਡਿਆਂ ਨਾਲ ਖੇਡ ਰਿਹਾ ਸੀ ਹਿਸ ਮਦਰ ਕਾਲਡ ਹਿਮ ਐਂਡ ਮੇਡ ਹਿਮ ਸਿਟ ਅਲੋਂਗ ਵਿਦ ਹਿਸ ਗ੍ਰੈਂਡਫਾਦਰ ਉਸਦੀ ਮੰਮੀ ਨੇ ਉਸਨੂੰ ਬੁਲਾਇਆ ਤੇ ਆਪਣੇ ਦਾਦਾ ਜੀ ਕੋਲ ਨੂੰ ਬੈਠਣ ਲਈ ਕਿਹਾ ਹੈਂਡਿੰਗ ਓਵਰ ਦਾ ਸੈਚਲ ਟੂ ਰਾਜੂ ਸ਼ੀ ਸੈਚਲ ਕੀ ਹੁੰਦਾ ਬੱਚੋ ਬੈਗ ਹੁੰਦਾ ਹੈਗਾ ਤੇ ਰਾਜੂ ਨੇ ਉਸ ਦਾ ਬੈਗ ਫੜਾਦੇ ਹੋਏ ਉਸ ਦੀ ਮੰਮੀ ਨੇ ਕਿਹਾ ਅ ਲੋਟ ਆਫ ਹோம்ਵਰਕ ਆਫ ਯਰ ਹੌਲੀਡੇਜ਼ ਇਸ ਪੈਂਡਿੰਗ ਤੇ ਛੁੱਟੀਆਂ ਦਾ ਕੰਮ ਬਹੁਤ ਪੈਂਡਿੰਗ ਪਿਆ ਹੋਇਆ ਫਿਨਿਸ਼ ਯਰ ਹோம்ਵਰਕ ਐਂਡ ਦੈਨ ਯੂ ਕੈਨ ਪਲੇ ਆਪਣਾ ਛੁੱਟੀਆਂ ਦਾ ਕੰਮ ਜਿਹੜਾ ਕਰੋ ਤੇ ਫਿਰ ਖੇਡਣ ਖੇਡੋ राजू सैट विद हिज ग्रैंडफादर एंड स्टार्टेड स्टडींग राजू अपने दादाजी ਕੋਲ ਬੈਠ ਗਿਆ ਤੇ ਪੜ੍ਹਨਾ ਸ਼ੁਰੂ ਕਰ ਦਿੱਤਾ ਮੈਂ ਵਾਈਲ ਉਸੇ ਵੇਲੇ ਅ ਮੈਨ ਆਫ ਹਿਸ ਗ੍ਰੈਂਡਫਾਦਰਸ ਏਜ ਕੇਮ ਟੂ ਮੀਟ ਹਿਸ ਗ੍ਰੈਂਡਫਾਦਰ ਤੇ ਉਸੇ ਵੇਲੇ ਇੱਕ ਆਦਮੀ ਜਿਹੜਾ ਉਸਦੇ ਦਾਦਾ ਜੀ ਦੀ ਉਮਰ ਦਾ ਸੀ ਉਸਦੇ ਦਾਦਾ ਜੀ ਨੂੰ ਮਿਲਣ ਆਇਆ ਹੀ ਗ੍ਰੀਟਡ ਹਿਮ ਐਂਡ ਸੈਡ ਹੈਲੋ ਪ੍ਰਤਾਪ ਸਿੰਘ ਤੇ ਦਾਦਾ ਜੀ ਨੇ ਪ੍ਰਤਾਪ ਸਿੰਘ ਦਾ ਸਵਾਗਤ ਕੀਤਾ ਹੁਣ ਕਿਹਾ ਕਮੈਂਸੇਟੇਰ ਆ ਜਾ ਤੇ ਬੈਠ ਜਾ ਸੀ ਨਿਊ ਆਫਟਰ ਅ ਲੰਗ ਟਾਈਮ ਕਿ ਤੁਹਾਨੂੰ ਬਹੁਤ ਦਿਨ ਬਾਅਦ ਦੇਖਿਆ ਹਾਂ ਤੇ ਆਪਸੇ ਗੱਲਾਂ ਕਰਨ ਲੱਗੇ ਬੱਚਿਓ ਆ ਪ੍ਰਤਾਪ ਸਿੰਘ ਆਈ ਹੈਡ ਬੀਨ ਟੂ ਕੈਨੇਡਾ ਟੂ ਮੀਟ ਮਾਈ ਡਾਟਰ ਪ੍ਰਤਾਪ ਸਿੰਘ ਰਾਜੂ ਜੀ ਦਾਦਾ ਦੱਸਣ ਲੱਗਾ ਕਿ ਮੈਂ ਕੈਨੇਡਾ ਗਿਆ ਸੀ ਆਪਣੀ ਕੁੜੀ ਨੂੰ ਮਿਲਣ ਵਾਸਤੇ ਤੇ ਯੂਅਰ ਹਾਊਸ ਸੀਮਸ ਟੂ ਬੀ ਫੁੱਲ ਆਫ ਐਕਟੀਵਿਟੀ ਕਿ ਤੁਹਾਡੇ ਘਰ ਬਹੁਤ ਰੌਣਕਾਂ ਲੱਗੀਆਂ ਹੋਈਆਂ ਵਾਟ ਇਜ਼ ਦਾ ਰੀਜ਼ਨ ਕੀ ਕਾਰਨ ਹੈ ਗ੍ਰੈਂਡਫਾਦਰ ਮਾਈ ਐਲਡਰ ਸਨ ਗੁਰਵਿੰਦਰ ਫੈਮਲੀ ਇਜ਼ ਹੇਅਰ ਔਨ ਵੈਕੇਸ਼ਨ ਨਾਉ ਐਟ ਇਸ ਆਦਰਵਾਇਜ਼ ਓਨਲੀ ਵੀ ਟੂ ਲਿਵ ਹੇਅਰ ਤੇ ਦਾਦਾ ਜੀ ਨੇ ਦੱਸਿਆ ਕਿ ਮੇਰਾ ਵੱਡਾ ਮੁੰਡਾ ਗੁਰਵਿੰਦਰ ਜਿਸ ਦੀ ਫੈਮਿਲੀ ਛੁੱਟੀਆਂ ਕਰਕੇ ਇੱਥੇ ਆਈ ਹੋਈ ਹੈ ਨਹੀਂ ਤਾਂ ਅਸੀਂ ਦੋ ਹੀ ਜੀ ਹੁੰਦੇ ਆ ਘਰ ਵਿੱਚ ਪ੍ਰਤਾਪ ਸਿੰਘ नाउअडेज ਇਟ ਇਜ਼ ਦਾ ਸੇਮ 에ਵਰੀਵੇਅਰ ਪ੍ਰਤਾਪ ਸਿੰਘ ਕਹਿਣ ਲੱਗਾ ਕਿ ਅੱਜਕੱਲ ਹਰ ਜਗ੍ਹਾ ਇਸ ਤਰ੍ਹਾਂ ਹੀ ਹੈ ਐਜ਼ ਯੂ نو ਆਰ ਫੈਮਿਲੀ ਵਾਸ ਆਲਸੋ ਵੈਰੀ 빅 ਤੁਸੀਂ ਜਾਣਦੇ ਹੋ ਕਿ ਸਾਡਾ ਪਰਿਵਾਰ ਬਹੁਤ ਵੱਡਾ ਸੀ ਦਾ ਕੋਟਯਾਰਡ ਰਿਮੇਨਡ ਫੁੱਲ ਸਾਡਾ ਵੇੜਾ ਭਰਿਆ ਰਹਿੰਦਾ ਸੀ ਇਵਨ ਆਫਟਰ ਦਾ ਮੈਰਿਜ ਆਫ 올3 ਬ੍ਰਦਰਸ ਵੀ ਲਿਵਡ ਜੁਆਇੰਟਲੀ ਵਿਦ ਆਰ ਅੰਕਲ ਕਿ ਤਿੰਨੇ ਭਰਾਵਾਂ ਦੇ ਵਿਆਹ ਹੋਣ ਦੇ ਬਾਅਦ ਵੀ ਉਹ ਇੱਕ ਜੁਆਇੰਟ ਫੈਮਿਲੀ ਵਿੱਚ ਅੰਕਲ ਦੇ ਨਾਲ ਇਕੱਠੇ ਰਹਿੰਦੇ ਰਹੇ ਬਟ ਨਾਊ ਅਡੇ ਇਸ एवरीवन ਪ੍ਰੀਫਰਸ ਟੂ ਲਿਵ ਸੈਪਰੇਟਲੀ ਲੇਕਿਨ ਅੱਜਕਲ ਕੀ ਹੈ ਕਿ ਹਰ ਕੋਈ ਅਲੱਗ ਰਹਿਣਾ ਚਾਹੁੰਦਾ ਹੈ ਗ੍ਰੈਂਡਫਾਦਰ ਕਹਿਣ ਲੱਗਾ ਕਨਵਰਸੇਸ਼ਨ ਹੋ ਰਹੀ ਬੱਚੋ ਗ੍ਰੈਂਡਫਾਦਰ ਤੇ ਪ੍ਰਤਾਪ ਸਿੰਘ ਵਿੱਚ ਨੀਡਸ ਵਾ ਲਿਮਿਟਡ ਇਨ ਦੋਸ ਟਾਈਮਸ ਹਾਂ ਦਾਦਾ ਜੀ ਕਹਿਣ ਲੱਗੇ ਕਿ ਉਹਨਾਂ ਦਿਨਾਂ 'ਚ ਜਿਹੜੀ ਜ਼ਰੂਰਤਾਂ ਸੀ ਉਹ ਬਹੁਤ ਘੱਟ ਹੁੰਦੀਆਂ ਸੀ ਇਵਨ ਦਾ ਵਿਗ ਫੈਮਲੀਜ਼ ਲਿਵਡ ਇਨ ਟੂ ਰੂਮਸ ਇੱਥੋਂ ਤੱਕ ਕਿ ਵੱਡੇ ਤੋਂ ਵੱਡਾ ਪਰਿਵਾਰ ਵੀ ਦੋ ਕਮਰਿਆਂ ਵਿੱਚ ਰਹਿੰਦਾ ਸੀ ਨਾਊ ਐਡੇਸ ਅੱਜਕੱਲ ਕੀ ਹੈ ਐਵਰੀ ਚਾਈਲਡ ਡਿਮਾਂਡਸ ਏ ਸੈਪਰੇਟ ਰੂਮ ਹਰ ਬੱਚਾ ਅਲੱਗ ਕਮਰਾ ਚਾਹੁੰਦਾ ਹੈ ਨਿਊ ਕਲੋਸ ਵਰ ਬਾਊਟ ਓਕੇਨਲੀ ਉਹਨਾਂ ਨੂੰ ਨਵੇਂ ਕੱਪੜੇ ਖਰੀਦ ਕੇ ਦਿੱਤੇ ਜਾਂਦੇ ਹਨ ਚਿਲड्रन ਏਟ ਦਾ ਸੇਮ ਫੂਡ ਥੈਟ ਵਾਸ ਕੁਕਡ ਫਾਰ ਦਾ ਹੋਲ ਫੈਮਲੀ ਤੇ ਨਿਊ ਕਲੋਸ ਨਿਊ ਕਲੋਸ ਵਾਸ ਬਾਊਟ اوਕੈਰਨਲੀ ਕਿਸੇ ਖਾਸ ਮੌਕੇ ਤੇ ਹੀ ਨਵੇਂ ਕੱਪੜੇ ਖਰੀਦ ਕੇ ਦਿੱਤੇ ਜਾਂਦੇ ਸੀ ਚਿਲड्रन ਏਟ ਦਾ ਸੇਮ ਫੂਡ ਦੈਟ ਵਾਸ ਕੁਕਡ ਫਾਰ ਦਾ ਹੋਲ ਫੈਮਿਲੀ ਬੱਚੇ ਉਹੀ ਖਾਣਾ ਖਾਂਦੇ ਸੀ ਜਿਹੜਾ ਸਾਰੇ ਪਰਿਵਾਰ ਵਾਸਤੇ ਬਣਿਆ ਹੁੰਦਾ ਸੀ ਦਾ ਡੇਜ਼ ਵਰ ਸਪੈਂਟ ਬਾਈ ਵਰਕਿੰਗ ਇਨ ਦਾ ਫੀਲਡਸ ਲੋਕੀ ਸਾਰਾ ਦਿਨ ਖੇਤਾਂ 'ਚ ਕੰਮ ਕਰਦੇ ਸੀ ਐਂਡ ਨੋ ਟਾਈਮ ਵਾਸ ਲੈਫਟ ਟੂ ਥਿੰਕ ਅਬਾਊਟ ਐਨੀਥਿੰਗ ਐਲਸ ਕੋਈ ਹੋਰ ਸੋਚਣ ਲਈ ਸਮਾਂ ਨਹੀਂ ਸੀ ਬਚਦਾ ਪ੍ਰਤਾਪ ਸਿੰਘ ਕਹਿਣ ਲੱਗਾ ਚਿਲड्रन ਹੈਵ ਬਿਕਮ ਵੈਰੀ ਚੂਜ਼ੀ ਅਬਾਊਟ ਫੂਡ ਹਾਂ ਪ੍ਰਤਾਪ ਸਿੰਘ ਕਹਿਣ ਲੱਗੇ ਬੱਚੇ ਖਾਣ ਵੇਲੇ ਆਪਣੀ ਮਰਜ਼ੀ ਕਰਦੇ ਹੈਗੇ ਆ ਦ ਕਲੋਸ ਬਾਊਟ ਬਾਈ ਪੇਰੈਂਟਸ ਆਰ ਨਾਟ ਲਾਈਕਡ ਬਾਈ ਥੈਮ ਤੇ ਜਿਹੜੇ ਪੇਰੈਂਟਸ ਨੇ અમને ਕੱਪੜੇ ਖਰੀਦ ਕੇ ਦਿੱਤੇ ਹੁੰਦੇ ਉਹਨਾਂ ਨੂੰ ਪਸੰਦ ਨਹੀਂ ਆਉਂਦੇ ਐ ਥੀਸ ਥਿੰਗਸ ਡਿਡ ਨਾਟ ਪ੍ਰੀਵੇਲ ਇਨ ਜੁਆਇੰਟ ਫੈਮਿਲੀਜ਼ ਇਹ ਚੀਜ਼ਾਂ ਜੁਆਇੰਟ ਫੈਮਿਲੀ ਵਿੱਚ ਨਹੀਂ ਸੀ ਚਲਦੀਆਂ ਗ੍ਰੈਂਡਫਾਦਰ ਇਨ आवर ਚਾਈਲਡਹੂਡ ਵੀ ਯੂਜ਼ ਟੂ ਬੀ ਹੈਪੀ ਵਿਦ ਦਾ ਕਲੇ ਟੌイズ ਪਰਚੇਸਡ ਫਰੋਮ ਦਾ ਫੇਅਰ ਦਾਦਾ ਜੀ ਕਹਿਣ ਲੱਗੇ ਕਿ ਅਸੀਂ ਮੇਲੇ ਤੋਂ ਜੋ ਮਿੱਟੀ ਦੇ ਘੜਾਉਣੇ ਖਰੀਦਦੇ ਸੀ ਉਹਨਾਂ ਨਾਲ ਹੀ ਖੁਸ਼ ਹੋ ਜਾਂਦੇ ਸੀ ਨਾਊ ਅਡੇਸ ਚਿਲड्रन ਰਿਮੇਨ ਅਨਹੈਪੀ ਐਂਡ ਦਿਸ ਸੈਟਸ ਵਾਈਡ ਇਵਨ ਆਫਟਰ ਬਾਇੰਗ ਕੋਸਟਲੀ ਟੁਆਇਸ ਅੱਜ ਕੱਲ ਦੇ ਬੱਚੇ ਮਹਿੰਗੇ ਖਿਡੌਣੇ ਖਰੀਦ ਕੇ ਵੀ ਉਹ ਖੁਸ਼ ਨਹੀਂ ਹੁੰਦੇ ਪ੍ਰਤਾਪ ਸਿੰਘ ਕਹਿਣ ਲੱਗਾ ਵੀ ਪ੍ਰਤਾਪ ਸਿੰਘ ਟਾਈਮ ਹੈਸ ਚੇਂਜਡ ਸਮਾਂ ਬਦਲ ਗਿਆ ਹੈ ਮਾਰਕੀਟਸ ਆਰ ਫਲਡਡ ਵਿਦ ਸੋ ਮੈਨੀ ਨਿਊ ਆਈਟਮਸ ਬਾਜ਼ਾਰ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਆਈਆਂ ਹੋਈਆਂ ਹਨ ਇਵਨ ਦਾ ਨੇਮਸ ਆਫ ਸਮ ਆਰ ਨਾਟ ਨੋਨ ਟੂ ਅਸ ਇਥੋਂ ਤੱਕ ਕਿ ਕਈਆਂ ਦੇ ਨਾਂ ਵੀ ਸਾਨੂੰ ਪਤਾ ਨਹੀਂ ਚਿਲड्रन ਡਿਮਾਂਡ ਐਵਰੀ ਨਿਊ ਥਿੰਗ ਬੱਚੇ ਹਰ ਨਵੀਂ ਚੀਜ਼ ਦੀ ਮੰਗ ਕਰਦੇ ਆ ਰਾਜੂਜ਼ ਗ੍ਰੈਂਡਫਾਦਰ ਐਂਡ ਪ੍ਰਤਾਪ ਸਿੰਘ ਬਿਲੋਂਗ ਟੂ ਦਾ 올 ਜਨਰੇਸ਼ਨ ਰਾਜੂ ਦਾ ਦਾਦਾ ਜੀ ਅਤੇ ਪ੍ਰਤਾਪ ਸਿੰਘ ਪੁਰਾਣੀ ਪੀੜੀ ਨੂੰ ਬਿਲੋਂਗ ਕਰਦੇ ਸੀ ਜਾਂ ਪੁਰਾਣੀ ਪੀੜੀ ਨਾਲ ਸੰਬੰਧ ਸੀ देयर ਹੈਡ ਬੀਨ ਅ ਬਿਗ ਚੇਂਜ ਆਫਟਰ ਇੰਡੀਪੈਂਡੈਂਸ ਆਜ਼ਾਦੀ ਤੋਂ ਬਾਅਦ ਬਹੁਤ ਵੱਡੀ ਚੇਂਜ ਆਈ ਪੀਪਲ ਵੀ ਕੇਮ ਲਿਟਰੇਟ ਐਂਡ ਲਿਫਟ देयर 올ਡ ਐਂਡ ਅਸਟਰਲ ਵਰਕ ਐਂਡ ਫਾਊਂਡ ਨਿਊ এমਪਲੋਇਮੈਂਟ ਫॉर देम ਤੇ ਲੋਕ ਲੋਕ ਪੜ੍ਹ ਲਿਖ ਗਏ ਤੇ ਉਹਨਾਂ ਨੇ ਜਿਹੜੇ ਉਹਨਾਂ ਦੇ ਜੱਦੀ ਕੰਮ ਸੀ ਮਰੇ ਜਿਹੜੇ ਉਹਨਾਂ ਦੇ ਪੁਰਖਾਂ ਦੇ ਜਿਹੜੇ ਪੁਰਖੀ ਕਿਤੇ ਸੀਗੇ ਉਹ ਉਹਨਾਂ ਨੇ ਛੱਡ ਦਿੱਤੇ ਇਨਸਟਲ ਹੁੰਦਾ ਬੱਚੋ ਜਿਹੜੇ ਸਾਡੇ ਦਾਦਾ ਪਰਦਾਦਾ ਜਾਂ ਸਾਡੇ ਡੈਡੀ ਜਿਹੜੇ ਕੰਮ ਕਰਦੇ ਸੀ ਤੇ ਉਹਨਾਂ ਨੇ ਆਪਣੇ ਲਈ ਨਵੇਂ ਰੋਜ਼ਗਾਰ ਲੱਭ ਲਏ ਵਿਦ ਐਨ ਇਨਕਰੀਜ਼ ਇਨ ਪ੍ਰੋਡਕਸ਼ਨ ਉਤਪਾਦਨ ਵਿੱਚ ਵਾਧਾ ਹੋਣ ਕਰਕੇ द ਫਾਈਨੈਂਸ਼ੀਅਲ ਕੰਡੀਸ਼ਨ ਆਫ आवर ਪੀਪਲ ਹੈਜ਼ ਇੰਪਰੂਵਡ ਇਟਸ ਸਟੇਟਿੰਗ ਫਾਈਨੈਂਸ਼ੀਅਲ ਕੰਡੀਸ਼ਨ ਹੈਗੀ ਹੈ ਉਹਦੇ ਵਿੱਚ ਸੁਧਾਰ ਹੋਇਆ ਹੈ ਮਨ ਲੋਕੀ ਜ਼ਿਆਦੇ ਥੋੜੇ ਅਮੀਰ ਹੋਏ ਹੈ ਵਿਦ ਸਾਇੰਟਿਫਿਕ ਡਿਵੈਲਪਮੈਂਟ ਨਿਊ ਮੀਨਸ ਆਫ ਟਰਾਂਸਪੋਰਟੇਸ਼ਨ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਗੈਜੇਟਸ ਹੈਵ ਬਿਕਮ ਪਾਰਟ ਐਂਡ ਪਾਰਸਲ ਆਫ आवर ਲਾਈਫ ਵਿਗਿਆਨ ਦੀ ਤਰੱਕੀ ਹੋਣ ਕਰਕੇ ਆਵਾਜਾਈ ਦੇ ਸਾਧਨਾਂ ਵਿੱਚ ਵਾਧਾ ਹੋਇਆ ਹੈ ਬਿਜਲੀ ਤੇ ਜਿਹੜੇ ਆਪਣੇ ਗੈਜਟ ਹੈਗੇ ਐ ਜਿਦਾ ਮੋਬਾਈਲ ਫੋਨ ਹੈ ਦਾ ਵਗੈਰਾ ਤੇ ਇਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਗਏ ਹੈਗੇ ਐ ਗੈਜਟ ਬੱਚੋ ਉਪਕਰਣ ਹੁੰਦਾ ਹੈ ਵਿਦ ਇਨਕਰੀਜ਼ਡ ਇਨਕਮ ਵਧੀ ਹੋਈ ਆਮਦਨ ਕਰਕੇ ਪੀਪਲ ਵਾਂਟ ਗੁੱਡ ਹਾਊਸਸ ਲੋਕ ਨੂੰ ਵਧੀਆ ਘਰ ਚਾਹੀਦੇ ਹੈ ਵੈਟਰ ਐਜੂਕੇਸ਼ਨ ਵਧੀਆ ਐਜੂਕੇਸ਼ਨ ਚਾਹੀਦੀ ਹੈ ਐਂਡ ਲੇਟੈਸਟ ਮੀਨਸ ਆਫ ਟ੍ਰਾਂਸਪੋਰਟੇਸ਼ਨ ਤੇ ਆਵਾਜਾਵੀ ਦੇ ਨਵੇਂ-ਨਵੇਂ ਸਾਧਨ ਚਾਹੀਦੇ ਹੈ ਨਵ all young youngsters are keen to have a computer ਹੁਣ ਹਰ ਕੋਈ ਨੌਜਵਾਨ ਚਾਹੁੰਦਾ ਹੈ ਕਿ ਉਹਦੇ ਕੋਲ ਕੰਪਿਊਟਰ ਹੋਵੇ ਮੋਬਾਈਲ ਫੋਨ ਹੋਵੇ ਮੋਟਰਸਾਈਕਲ ਹੋਵੇ on the other hand older generations lived life without these gadgets ਤੇ ਦੂਜੇ ਪਾਸੇ ਜਿਹੜੀ ਪੁਰਾਣੀ ਪੀੜ੍ਹੀ ਦੇ ਲੋਕ ਸੀ ਉਹ ਇਨ੍ਹਾਂ ਉਪਕਰਣਾਂ ਤੋਂ ਬਿਨਾ ਹੀ ਉਹਨਾਂ ਨੇ ਜ਼ਿੰਦਗੀ ਜੀ ਐਂਡ ਹੈਡ ਲਿਮਿਟਡ ਡਿਜ਼ਾਇਰਸ ਤੇ ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਸੀਗੀਆਂ ਉਹ ਬਹੁਤ ਘੱਟ ਸੀ ਗੈਟ ਫੋਲੋਇੰਗ ਇਨਫੋਰਮੇਸ਼ਨ ਫਰਮ ਯੋਰ ਪੇਰੈਂਟਸ ਔਰ ਗ੍ਰੈਂਡ ਪੇਰੈਂਟਸ ਆਪਣੇ ਪੇਰੈਂਟਸ ਤੋਂ ਮਤਲਬ ਮੰਮੀ ਡੈਡੀ ਤੋਂ ਜਾਂ ਦਾਦਾ ਦਾਦੀ ਤੋਂ ਆ ਸੂਚਨਾ ਇਕੱਠੀ ਕਰੋ ਬੱਚੋ ਕੀ ਵਾਟ ਕਾਈਂਡ ਆਫ ਟਾਇਸ ਦੇ ਯੂਜ਼ ਟੂ ਪਲੇ ਵਿਦ ਕਿ ਉਹ ਦਾਦਾ ਦਾਦੀ ਜਾਂ ਮੰਮੀ ਡੈਡੀ ਆਪਣੇ ਸਮੇਂ ਜਦੋਂ ਛੋਟੇ ਹੁੰਦੇ ਸੀ ਕਿੱਦਾਂ ਦੇ ਖਿਡੌਣੇ ਨਾਲ ਖੇਡਦੇ ਸੀ ਹਾਊ ਮੈਨੀ ਕਲੋਥਸ ਡਿਡ ਦੇ ਹੈਵ ਟੂ ਵੇਅਰ ਉਹ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਸੀ ਕੰਪੇਅਰ ਯੋਰ ਸੈਲਫ ਵਿਦ ਯੋਰ ਅਨੈਸਟਰਸ ਐਂਡ ਟੈਲ ਹੂ ਹੈਡ ਮੋਰ ਫੈਸਿਲਿਟੀਆਂ ਜਿਹੜੇ ਤੁਹਾਡੇ ਪੂਰਵਜ ਹੈ ਮਤਲਬ ਦਾਦਾ-ਦਾਦੀ ਆ ਮਮੀ ਡੈਡੀ ਤੇ ਤੁਸੀਂ ਮਤਲਬ ਤੁਸੀਂ ਇਹ ਦੇਖੋ ਦੋਨਾਂ ਵਿੱਚੋਂ ਕਿਹਨੋ ਜ਼ਿਆਦਾ ਸਹੂਲਤਾ ਮਿਲਦੀ ਸੀ ਤੁਹਾਨੂੰ ਜਾਂ ਤੁਹਾਡੇ ਦਾਦਾ-ਦਾਦੀ ਨੂੰ ਹਾਂ ਨੈਕਸਟ ਹੈ ਬੱਚੇ ਗ੍ਰੈਂਡਫਾਦਰ ਗ੍ਰੈਂਡਫਾਦਰ ਕਹਾਂ ਲੱਗੇ ਬੱਚੇ ਦਾਦਾ ਜੀ ਕਹਿਣ ਲੱਗੇ ਟੈਲ ਮੀ ਸਮਥਿੰਗ ਅਬਾਊਟ ਕੈਨੇਡਾ ਕਿ ਪ੍ਰਤਾਪ ਸਿੰਘ ਨੇ ਕਹਿ ਲੱਗੇ ਕਿ ਮੈਨੂੰ ਕੁਝ ਕੈਨੇਡਾ ਬਾਰੇ ਕੁਝ ਦੱਸੋ ਪ੍ਰਤਾਪ ਸਿੰਘ ਕਹਿਣ ਲੱਗਾ ਬੱਚਿਓ ਦਾ ਕੰਟਰੀ ਇਜ਼ ਇਨਡੀਡ ਬਿਊਟੀਫੁਲ ਐਂਡ ਕਲੀਨ ਜਿਹੜੀ ਦੇਸ਼ ਹੈ ਅਸਲ ਵਿੱਚ ਬਹੁਤ ਸੋਹਣਾ ਤੇ ਸਾਫ਼ ਹੈ एवरीथिंग ਇਜ਼ ਡਨ ਲਾਫੁਲੀ ਹਰ ਕੰਮ ਕਾਨੂੰਨ ਦੇ ਅਨਸਾਰ ਹੁੰਦਾ ਹੈ ਵਾਟ ਆਈ ਡੂ ਨੋਟ ਲਾਈਕ देयर ਫੈਮਿਲੀ ਕਲਚਰ ਜਿਹੜੀ ਲੋਕਾਂ ਦੀ ਸੰਸਕ੍ਰਿਤੀ ਹੈ ਰੈਂਟਸ ਐਂਡ ਹਮ ਇਨੋ ਪਸੰਦ ਨਹੀਂ ਹੈ ਗ੍ਰੈਂਡਫਾਦਰ ਦਾਦਾ ਜੀ ਕਹਿਣ ਲੱਗੇ ਵਾਈ ਡੋਨਟ ਯੂ ਲਾਈਕ ਇਟ ਕਿ ਤੁਹਾਨੂੰ ਉਹ ਉਹਨਾਂ ਦਾ ਕਲਚਰ ਪਸੰਦ ਕਿਉਂ ਨਹੀਂ ਹੈ ਫੈਮਿਲੀ ਕਲਚਰ ਪ੍ਰਤਾਪ ਸਿੰਘ my daughter works in a store and my son in law drives taxi for the whole day pratap singh kehne lagge ki meri jehdi kudi hai oh sara din store vich kam kardi hai te jehda mera jawai hai matlab meri kudi da ghar wala oh sara din taxi chalanda hai children are getting spoiled for lack of due attention te bachya wal kat dhyan hon karke bacche bigad gaye han i advised my daughter and son-in-law about it ki main is sambandhi apni kudi ate apne jawai nu salah ditti hai is bare grand father the parents should spare some time for their children dada ji kehne lage ki maapiyon ne chahiye ki kuch time kad ke bachcha nal baithan nahi ta ਦੇ ਰਿਲੇਸ਼ਨ ਵਿਦ ਦਾ ਐਲਡਰਸ ਬਿਲ ਨਾਟ ਲਾਸਟ ਲੌਂਗ ਹੋ ਤੇ ਜਿਹੜੇ ਰਿਲੇਸ਼ਨ ਹੈਗੇ ਸਬੰਧ ਹੈਗੇ ਆਪਸ ਵਿੱਚ ਉਹ ਖਰਾਬ ਹੋ ਜੂਗੇ ਪ੍ਰਤਾਪ ਸਿੰਘ ਇਨ ਜੁਆਇੰਟ ਫੈਮਿਲੀਜ਼ ਚਿਲड्रन ਬੁੱਡ ਲਰਨ ਟੂ ਰਿਸਪੈਕਟ देयर ਐਲਡਰਸ ਹਾਂ ਤੇ ਪ੍ਰਤਾਪ ਸਿੰਘ ਜੀ ਕਹਿਣ ਲੱਗੇ ਕਿ ਜੁਆਇੰਟ ਫੈਮਿਲੀ ਵਿੱਚ ਬੱਚੇ ਵੱਡਿਆਂ ਦੀ ਇੱਜ਼ਤ ਕਰਨਾ ਸਿੱਖਦੇ ਹਨ ਦੇ ਯੂਜ਼ ਟੂ ਹੈਵ ਅ ਫੀਲਿੰਗ ਆਫ ਸੈਕਰੀਫਾਈਸ ਤੇ ਉਹਨਾਂ ਦਾ ਤਿਆਗ ਦੀ ਭਾਵਨਾ ਆਉਂਦੀ ਹੈ ਦੇ ਆਲਸੋ ਬੁੱਡ ਲਰਨ ਟੂ ਲਿਵ ਜੁਆਇੰਟਲੀ ਵਿਦ ਆਦਰਸ ਤੇ ਉਹ ਬੱਚੇ ਦੂਜੇ ਛੋਟੇ ਬੱਚੇ ਨਾਲ ਮਿਲ ਜੁਲ ਕੇ ਰਹਿਣਾ ਵੀ ਸਿੱਖਦੇ ਹਨ ਬਟ ਨਾਓ ਇਟ ਇਜ਼ ਨਾਟ ਸੋ ਲੇਕਿਨ ਅੱਜ ਕੱਲ ਇਦਾਂ ਦਾ ਨਹੀਂ ਹੈ ਨਾਓ ਦਾ ਚਿਲड्रन ਪ੍ਰੇਫਰ ਟੂ ਸਿਟ ਬਿਫੋਰ ਦਾ ਟੈਲੀਵਿਜ਼ਨ ਤੇ ਅੱਜ ਕੱਲ ਬੱਚੇ ਟੈਲੀਵਿਜ਼ਨ ਮੂਰੇ ਬਹਿਣਾ ਪਸੰਦ ਕਰਦੇ ਹਨ ਔਰ ਪਲੇ ਗੇਮਸ ਔਨ ਦਾ ਮੋਬਾਈਲ ਫੋਨ ਜਾਂ ਮੋਬਾਈਲ ਫੋਨ ਤੇ ਗੇਮਾਂ ਖੇਡਣਾ ਪਸੰਦ ਕਰਦੇ ਹਨ

ਪੇਰੈਂਟਸ ਬੱਚੇ ਨੂੰ ਤਦੇ ਸਿਖਾ ਸਕਦੇ ਆ ਸਭ ਕੁਝ ਜੇ ਉਹ ਬੱਚੇ ਨੂੰ ਸਮੇਂ ਦੋਗੇ ਟਾਈਮ ਦੋਗੇ ਲੁੱਕ ਮਾਈ ਗ੍ਰੈਂਡਸਨ ਦੇਖੋ ਮੇਰਾ ਪੋਤਾ ਰਾਜੂ ਲਵਜ਼ ਮੀ ਸੋ ਮਚ ਮੈਨੂੰ ਬਹੁਤ ਪਿਆਰ ਕਰਦਾ ਹੈ ਹੀ ਟਾਕਸ ਟੂ ਮੀ ਔਨ ਕੈਜੂਅਲ ਥਿੰਗਸ ਡਿਊਰਿੰਗ ਡੇ ਟਾਈਮ ਐਂਡ ਆਲਸੋ ਬਿਫੋਰ ਗoing ਟੂ ਬੈਡ ਐਟ ਨਾਈਟ ਤੇ ਉਹ ਮੇਰੇ ਨਾਲ ਦਿਨੇ ਤੇ ਰਾਤ ਨੂੰ ਬਹੁਤ ਚੰਗੀਆਂ ਗੱਲਾਂ ਕਰਦਾ ਹੈ the grandfather took rajju to his lap dada ji ne rajju nu apni goddi vich le liya in the main time rajju's mother brought tea te usse vele rajju di jehdi mummy hai ohna ne le, cha leke aayi aage vich first question hai for how many hours do you watch television in a day matlab tusi poore din vich kinne ghante television dekhte de ho bachcho assi ethe 2 hours likhya tusi apni marzi na jinna dekhte de, ho likh sakde ho to ki likhange bachcho i watch television for 2 hours a day next how do you help in household work household work ki onda bacho ghar de kam jehde apan ghar vich karde haa jehde safai ho gayi ya paande manjne ya floor saaf karne is tarah de kam wal te prashn hai ki tusi ghar de vich kis tarah de kam karde ho kis tarah help karde ho i help in household works by washing utensils ਵਾਸ਼ਿੰਗ ਡਿਸ਼ਰ ਜਿੰਦਾ ਬੱਚਿਓ ਬਰਤਨ ਸਾਫ ਕਰਨਾ ਕਲੀਨਿੰਗ ਦਾ ਫਲੋਰ ਫर्श ਸਾਫ ਕਰਨਾ ਪੁੱਟਿੰਗ ਵੇਸਟ ਇਨ ਦਾ ਡਸਟਬਿਨ ਤੇ ਜਿਹੜਾ ਵੇਸਟ ਹੈਗਾ ਉਹ ਅਸੀਂ ਡਸਟਬਿਨ 'ਚ ਸੁੱਟਦੇ ਹਾਂ ਤੇ ਐ ਇਸ ਤਰ੍ਹਾਂ ਦੇ ਹੋਰ ਕਈ ਕੰਮ ਕਰਦੇ ਹਾਂ ਨੈਕਸਟ ਕੁਐਸਚਨ ਹੈ ਬੱਚਿਓ ਹਾਊ ਮੱਚ ਟਾਈਮ ਡੂ ਯੂ ਸਪੈਂਡ ਵਿਦ ਯਰ ਗ੍ਰੈਂਡਪੇਰੈਂਟਸ অর ਪੇਰੈਂਟਸ ਤੁਸੀਂ ਆਪਣੇ ਦਾਦਾ ਦਾਦੀ ਨਾਲ ਆ ਆਪਣੇ ਮੰਮੀ ਡੈਡੀ ਨਾਲ ਕਿੰਨਾ ਸਮੇਂ ਬਤੀਤ ਕਰਦੇ ਹੋ ਤੋ ਆਈ ਸਪੈਂਡ हाउ मच टाइम डू यू स्पैंड्रैंड पेरेंट्स ग्रैंड पेरेंट्स का लिखना है जो इस तरह पूछा जाए हाउ मच टाइम डू यू स्पैंड ग्रेरेंट्स जगह की लिखा पेरेंट्स नैक्सट बच्चों ਪ੍ਰਤਾਪ ਸਿੰਘ ਉਹਨਾਂ ਦੀ ਕਨਵਰਸੇਸ਼ਨ ਚੱਲ ਰਹੀ ਸੀ ਬੱਚਿਓ ਪ੍ਰਤਾਪ ਸਿੰਘ ਤੇ ਗ੍ਰੈਂਡਫਾਦਰ ਦੀ ਤੇ ਪ੍ਰਤਾਪ ਸਿੰਘ ਕਹਿਣ ਲੱਗੇ ਆਈ ਡਿਡ ਨਾਟ ਲਾਈਕ देयर ਡਿਸੀਜਨ ਟੂ ਸ਼ਿਫਟ ਟੂ ਕੈਨੇਡਾ ਵਾਈਲ देयर 올ਡ ਪੇਰੈਂਟਸ ਲਿਵ ਅਲੋਨ ਇਨ ਸੱਚ ਅ ਬਿਗ ਹਾਊਸ ਤੇ ਪ੍ਰਤਾਪ ਸਿੰਘ ਕਹਿਣ ਲੱਗੇ ਕਿ ਮੈਂ ਜਿਹੜਾ ਉਹਨਾਂ ਦਾ ਫੈਸਲਾ ਸੀਗਾ ਕੈਨੇਡਾ ਵਿੱਚ ਵਸਣ ਦਾ ਮੈਂ ਮੈਨੂੰ ਪਸੰਦ ਨਹੀਂ ਕਿਉਂਕਿ ਉਹਨਾਂ ਜਿਹੜੇ ਬੁੱਢੇ ਮਾਤਾ ਪਿਤਾ ਹੈ ਉਹ ਐਡੇ ਵੱਡੇ ਘਰ ਵਿੱਚ ਇਕੱਲੇ ਰਹਿੰਦੇ ਹਨ ਪੇਰੈਂਟਸ ਫੀਲ ਲੋਨਲੀ ਵਿਦਆਊਟ देयर ਚਿਲड्रन ਤੇ ਮਾਪੇ ਬੱਚਾ ਬਗੈਰ ਇਕੱਲਾਪਨ ਮਹਿਸੂਸ ਕਰਦੇ ਹਨ देयर ਚਿਲड्रन ਉਹਨਾਂ ਦੇ ਬੱਚੇ ਆਨ ਦਾ ਅਦਰ ਹੈਂਡ ਦੂਜੇ ਪਾਸੇ ਵਰਕ ਓਵਰ ਟਾਈਮ देयर ਓਵਰ ਟਾਈਮ ਲਗਾਉਂਦੇ ਆ ਬਹੁਤ ਮਿਹਨਤ ਕਰਦੇ ਉੱਤੇ ਬਾਹਰ ਜਾ ਕੇ ਟੂ ਵਾਈ देयर ਆਨ ਹਾਊਸ ਆਪਣਾ ਘਰ ਖਰੀਦਣ ਵਾਸਤੇ ਦੇ ਵਾਰ ਇੰਜੋਇੰਗ ਗੁੱਡ ਸਟੇਟਸ ਇਨ ਦਾ ਬ੍ਰਦਰਹੂਡ ਹੇਅਰ ਵਾਟ ਨਾਊ ਦੇ ਆਰ ਕਟ ਆਫ ਫਰਮ ਆਲ ਇੱਥੇ ਉਹਨਾਂ ਦੀ ਸਰਦਾਰੀ ਸੀ ਮਤਲਬ ਪਾਈਚਾਰੇ ਵਿੱਚ ਬਹੁਤ ਰਿਸਪੈਕਟ ਸੀ ਉਹਨਾਂ ਦੀ ਲੇਕਿਨ ਉੱਥੇ ਜਾ ਕੇ ਉਹ ਇੱਥੋਂ ਕੱਟ ਗਏ ਹਨ ਇੱਥੇ ਹੁਣ ਉਹਨਾਂ ਦਾ ਲਿੰਕ ਨਹੀਂ ਰਿਹਾ ਦੇ ਹੈਡ ਅ ਗੁੱਡ ਅਰਨਿੰਗ ਹੇਅਰ ਆਲਸੋ ਉਹ ਇੱਥੇ ਵੀ ਵੱਡੀ ਕਮਾਈ ਕਰ ਸਕਦੇ ਹਨ ਵਨਸ ਔਨ ਕੰਟਰੀ ਇਜ਼ ਆਲਵੇਜ਼ ਦਾ ਬੈਸਟ ਹਰੇਕ ਦੀ ਜਿਹੜਾ ਆਪਣਾ ਦੇਸ਼ ਹੈ ਉਹ ਸਭ ਤੋਂ ਵਧੀਆ ਹੁੰਦਾ ਹੈ ਗ੍ਰੈਂਡਫਾਦਰ ਓ ਡੋਨਟ ਬੀ ਸੈਟ ਦਾਦਾ ਜੀ ਕਹਿੰਦਾ ਅਰੇ ਉਦਾਸ ਨਾ ਹੋ ਥਿਸ ਇਜ਼ ਹਾਊ ਦੇ ਲਾਈਕ ਇਟ ਮਤਲਬ ਜਿਸ ਤਰ੍ਹਾਂ ਉਹ ਪਸੰਦ ਕਰਦੇ ਆ ਠੀਕ ਹੈ ਨਿਊ ਜਨਰੇਸ਼ਨ ਨੀਡਸ ਲਗਜ਼ਰੀਅਸ ਲਾਈਫ ਐਟ ਐਨੀ ਕੋਸਟ ਜਿਹੜੀ ਨਵੀਂ ਪੀੜ੍ਹੀ ਹੈ ਹਰ ਕੀਮਤ ਤੇ ਹਰ ਸਿੱਖ ਸੁਵਿਧਾ ਮਾ ਚਾਹੁੰਦੀ ਹੈ ਦੇ ਥਿੰਕ ਦੈਟ ਦੇ ਵਿਲ ਅਰਨ ਮੋਰ ਬਾਈ ਵਰਕਿੰਗ ਅਬਰੋਡ ਉਹ ਸੋਚਦੇ ਹਨ ਕਿ ਵਿਦੇਸ਼ਾਂ ਵਿੱਚ ਜਾ ਕੇ ਉਹ ਬਹੁਤ ਪੈਸਾ ਕਮਾ ਸਕਦੇ ਹਨ ਮੋਰ ਆਵਰ ਨਾਊ ਵਨ ਕੈਨ ਕਮਿਊਨੀਕੇਟ ਥਰੂ ਫੋਨਸ ਤੇ ਹੁਣ ਵੱਡੀ ਗੱਲ ਕੀ ਹੈ ਕਿ ਫੋਨ ਨਾਲ ਫੋਨ ਵਿੱਚ ਗੱਲ ਹੋ ਜਾਂਦੀ ਹੈ ਪ੍ਰਤਾਪ ਸਿੰਘ ਇਟ ਇਜ਼ ওকে ਠੀਕ ਹੈ ਵੀ 올ਡ ਪੀਪਲ ਲਾਈਕ ਟੂ ਲਿਵ ਇਨ ਅ ਜੁਆਇੰਟ ਫੈਮਿਲੀ ਅਸੀਂ ਪੁਰਾਣੇ ਲੋਕ ਜੁਆਇੰਟ ਫੈਮਿਲੀ ਵਿੱਚ ਰਹਿਣਾ ਪਸੰਦ ਕਰਦੇ ਹਾਂ ਚਿਲड्रन ਰਿਮੇਨ ਸੇਫ ਐਂਡ ਗਰੋ ਅਪ ਬੈਟਰ ਇਨ ਜੁਆਇੰਟ ਫੈਮਿਲੀਜ਼ ਬੱਚੇ ਸੇਫ ਰਹਿੰਦੇ ਆ ਸੁਰੱਖਿਤ ਰਹਿੰਦੇ ਆ ਤੇ ਚੰਗੇ ਪਲ ਜਾਂਦੇ ਆ ਜੁਆਇੰਟ ਫੈਮਿਲੀ ਵਿੱਚ ਗ੍ਰੈਂਡਪੇਰੈਂਟਸ ਫ੍ਰੀ ਟਾਈਮ ਸਪੈਂਡ ਯੂਸਫੁਲੀ ਤੇ ਗ੍ਰੈਂਡਪੇਰੈਂਟਸ ਕੋ ਜਿਹੜਾ ਫ੍ਰੀ ਟਾਈਮ ਹੁੰਦਾ ਹੈ ਉਹਦਾ ਸੰਘਾ ਸਦੂਕਿਓ ਕਰ ਲੈਂਦੇ ਹਨ ਅਟੈਂਡਿੰਗ ਟੂ ði ਗ੍ਰੈਂਡਚਿਲਡਰਨ ਤੇ ਉਹ ਮਤਲਬ ਆਪਣੇ ਜਿਹੜੇ ਪੋਤੇ ਹੈ ਪੋਤੀਆਂ ਹਨ ਉਹਨਾਂ ਦੇਖਭਾਲ ਕਰ ਸਕਦੇ ਹਨ ਗ੍ਰੈਂਡਫਾਦਰ ਦਾਦਾ ਜੀ ਕਹਿਣ ਲੱਗੇ ði ਵਰਡ ਇਜ਼ ਚੇਂਜਿੰਗ ਦੁਨੀਆ ਬਦਲ ਰਹੀ ਹੈ ਆਰਲੀਅਰ ਵੀ ਵੁੱਡ ਵਰਕ ਹਾਰਡ ਟੂ ਆਰ ਨਾਅਰ ਬ੍ਰੈਡ ਬ੍ਰੈਡ ਬੱਚੇ ਕੀ ਹੁੰਦਾ ਰੋਜ਼ੀ ਰੋਟੀ ਆਰ ਬ੍ਰੈਡ ਹੁੰਦਾ ਰੋਜ਼ੀ ਰੋਟੀ ਤੇ ਪਹਿਲਾਂ ਸਾਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਸੀ ðiਰ ਵਾਸ ਏ ਲਾਟ ਆਫ ਵਰਕ ਐਂਡ ਆਲ ਫੈਮਿਲੀ ਮੈਂਬਰਸ ਹੈਡ ਟੂ ਵਰਕ ਟੁਗੇਦਰ ਤੇ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਸੀ ਤੇ ਬਹੁਤ ਕਠਿਨ ਮਿਹਨਤ ਕਰਨੀ ਪੈਂਦੀ ਸੀ ਸਾਰੇ ਪਰਿਵਾਰ ਨੂੰ ਮਿਲ ਕੇ ਨਾਓ ਵਿਦ ਦਾ ਡਿਵੈਲਪਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਆਲ ਵਰਕਸ ਆਰ ਡਨ ਬਾਈ ਮਸ਼ੀਨਸ ਹੁਣ ਕੀ ਹੈ ਸਾਇੰਸ ਦੀ ਤਰੱਕੀ ਹੋਈ ਹੈ ਤੇ ਉਹਦੇ ਨਾਲ ਕੀ ਹੈ ਨਵੀਆਂ ਨਵੀਆਂ ਟੈਕਨੀਕਸ ਆਈਆਂ ਹੈਗੀਆਂ ਤੇ ਨਾਲ ਜਿਹੜਾ ਕੰਮ ਹੈ ਉਹ ਜ਼ਿਆਦਾਤਰ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ ਓਨਲੀ ਵਨ অর ਟੂ ਮੈਨ ਆਰ ਰਿਕੁਆਇਰਡ ਟੂ ਆਪਰੇਟ ਥੈਮ ਸਿਰਫ ਅ ਇਹ ਕਿਆ ਦੋ ਆਦਮੀ ਉਹਨਾਂ ਨੂੰ ਚਲਾਉਣ ਵਾਸਤੇ ਚਾਹੀਦੇ ਹਨ ਮਸ਼ੀਨਾਂ ਨੂੰ ਪੀਪਲ ਹੈਵ ਸਟਾਰਟਡ ਡoing ਡਿਫਰੈਂਟ ਜੌਬਸ ਲੋਕੀ ਅਲੱਗ-ਅਲੱਗ ਨੌਕਰੀਆਂ ਕਰਨ ਲੱਗ ਪਏ ਹਨ ਸਮ ਹੈਵ ਸੈਟ ਅਪ ਵਰਕਸ਼ਾਪਸ ਇਨ ਸਿਟੀਆਂ ਕਈਆਂ ਨੇ ਸ਼ਹਿਰਾਂ ਵਿੱਚ ਵਰਕਸ਼ਾਪ ਖੋਲ੍ਹ ਲੀਆਂ ਹੈਗੀਆਂ ਨਾਊ ਅਡੇਜ਼ ਇਵਨ ਊਮੈਨ ਆਰ ਵਰਕਿੰਗ ਐਜ਼ ਆਫੀਸਰਸ ਅੱਜਕਲ੍ਹ ਤੇ ਔਰਤਾਂ ਵੀ ਆਫੀਸਰ ਰੈਂਕ ਦੀਆਂ ਨੌਕਰੀਆਂ ਕਰਨ ਲੱਗ ਪਈਆਂ ਹਨ ਅਫਸਰ ਬਣ ਗਈਆਂ ਹਨ ਔਰ ਦੇ ਆਰ ਰਨਿੰਗ ਬਿਗ ਐਂਟਰਪ੍ਰਾਈਜ਼ਸ ਅੰਟਰਸਟੀਅਲ ਦੇ ਬੱਚੋ ਇੰਡਸਟਰੀਜ਼ ਤੇ ਉਹ ਵੱਡੇ ਵੱਡੇ ਕਾਰਖਾਨੇ ਚਲਾ ਰਹੀਆਂ ਹਨ ਆਲ ਚਿਲड्रन ਗੋ ਟੂ ਸਕੂਲ ਹਰ ਬੱਚਾ ਸਕੂਲ ਜਾਂਦਾ ਹੈ ਹਾਊ ਕੈਨ ਦਾ ਫੈਮਿਲੀ ਸਟਰਕਚਰ ਰਿਮੇਨ ਦਾ ਸੇਮ ਤੇ ਜਿਹੜਾ ਫੈਮਿਲੀ ਦਾ ਢਾਂਚਾ ਹੈਗਾ ਉਹ ਇੱਕੋ ਜਿਹਾ ਕਿੱਦਾਂ ਰਹਿ ਸਕਦਾ ਹੈ ਕੋਲ ਉਹਦੇ ਵੀ ਬਦਲਾਅ ਆਉਣੇ ਹੀ ਆਉਣੇ ਆ ਪ੍ਰਤਾਪ ਸਿੰਘ ਪ੍ਰਤਾਪ ਸਿੰਘ ਲਾਫਿੰਗ ਹੱਸਦੇ ਹੋਏ ਆਹ ਰਿਹਾ ਠੀਕ ਹੈ ਵੀ ਯੂ ਹੈਵ ਬਿਕਮ ਅ ਮਾਡਰਨ ਮੈਨ ਆਫ ਨਿਊ ਜਨਰੇਸ਼ਨ ਤੇ ਤੂੰ ਤਾਂ ਨਵੀਂ ਪੀੜੀ ਦਾ ਮਾਡਰਨ ਬੰਦਾ ਬਣ ਗਿਆ ਹੈ the old fashioned man must leave now ਤੇ ਹੁਣ ਮੈਂ ਪੁਰਾਣਾ ਮਤਲਬ ਪੁਰਾਣੇ ਫੈਸ਼ਨ ਦਾ ਬੰਦਾ ਮੈਨੂੰ ਹੁਣ ਜਾਣਾ ਚਾਹੀਦਾ ਹੈ ਪ੍ਰਤਾਪ ਸਿੰਘ ਕਹਿ ਰਿਹਾ ਸੀ ਤੇ ਬੱਚਿਓ ਆ ਸੀ ਆਪਣਾ ਲੈਸਨ ਨਾਓ ਥਿੰਗਸ ਟੂ ਰਿਮੈਂਬਰ ਜਿਹੜੀ ਅਸੀਂ ਇਸ ਲੈਸਨ ਵਿੱਚ ਪੜ੍ਹੀਆਂ ਕਿਹੜੀ ਕਿਹੜੀ ਚੀਜ਼ਾਂ ਸੀ ਯਾਦ ਰੱਖਣੀਆਂ ਹੈਗੀਆਂ ਅ ਲੋਟ ਆਫ ਚੇਂਜਸ ਟੂ ਪਲੇਸ ਆਫਟਰ ਇੰਡੀਪੈਂਡੈਂਸ ਇੰਡੀਪੈਂਡੈਂਸ ਤੋਂ ਬਾਅਦ ਬਹੁਤ ਜ਼ਿਆਦਾ ਚੇਂਜਸ ਆਈਆਂ ਹੈਗੀਆਂ ਪੀਪਲ ਹੈਵ ਸਟਾਰਟਡ other jobs giving up the ancestral profession ਬੱਚੋ ਐਨਸਟ੍ਰਲ profession ਪਰਲੇ ਵਿੱਚ ਕਿਹਾ ਸੀਗਾ ਇਹ ਹੁੰਦੇ ਸਾਡੇ ਜਿਹੜੇ ਪੂਰਵਜਾਂ ਦੇ ਕੰਮ ਜਿਹੜੇ ਸਾਡੇ ਕਿਹੜੇ ਕਿਤੇ ਸੀ ਬੱਚੇ ਜਿਹੜੇ ਸਾਡੇ ਪੁਰਖੀ ਕਿਤਾ ਕਹਿ ਸਕਦੇ ਆਪਾਂ ਜਿਹੜੇ ਸਾਡੇ ਦਾਦਾ ਦਾਦੀ ਡੈਡੀ ਕਰਦੇ ਸੀ ਤੇ ਉਹ ਕੰਮ ਛੱਡ ਕੇ ਤੇ ਹੁਣ ਨਵੀਆਂ ਨਵੀਆਂ ਜੌਬਸ ਲੋਕਾਂ ਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਨਊ ਅਡੇਸ ਇਵਨ ਲੇਡੀਆਂ ਆਰ ਡੂਇੰਗ ਜੌਬਸ ਲਾਈਕ ਮੈਨ ਐਂਡ ਰਨਿੰਗ ਬਿਗ ਐਂਟਰਪ੍ਰਾਈਜ਼ ਅੱਜਕੱਲ ਕੀ ਹੈ ਔਰਤਾਂ ਵੀ ਆਦਮੀ ਦੀ ਤਰ੍ਹਾਂ ਕੰਮ ਕਰ ਰਹੀਆਂ ਹਨ ਤੇ ਉਹ ਵੱਡੇ ਵੱਡੇ ਕਾਰਖਾਨੇ ਵੀ ਚਲਾ ਰਹੀਆਂ ਹਨ ਵਿਦ ਅ ਚੇਂਜ ਇਨ ਟਾਈਮ ਸਮੇਂ ਦੇ ਬਦਲਣ ਦੇ ਨਾਲ ਦ ਫੈਮਿਲੀ ਹੈਜ਼ ਬੀਕਮ ਸਿੰਗਲ ਐਂਡ ਟਾਈਨੀ ਇਨ ਸਾਈਜ਼ ਫੈਮਲੀਆਂ ਛੋਟੀਆਂ ਹੋ ਗਈਆਂ ਹਨ ਬੜੇ ਛੋਟੇ ਸਾਈਜ਼ ਦੀਆਂ ਹੋ ਗਈਆਂ ਮਤਲਬ ਨਿਊਕਲੀਅਰ ਫੈਮਲੀਆਂ ਹੋ ਗਈਆਂ ਹਨ ਇਹ ਕੈਰੀ ਫੈਮਲੀਆਂ ਹੋ ਗਈਆਂ ਹਨ ਦ ਪੇਰੈਂਟਸ ਸ਼ੁੱਡ ਗਿਵ ਟਾਈਮ ਟੂ देयर ਚਿਲड्रन ਮਾਪਿਆਂ ਨੂੰ

in all times the need of the people were limited now uh, science has developed so much science aega bachche one's own country is always the best apni jehdi country hai sab to wadiya hundi hai these days much work is done with the machines new generation demands nawi jehdi generation hai oh ki chahundi hai facilities next question bachcheo tech cross during the time of the grandfather there was only clay toys ਉਹ ਜਿਹੜਾ ਦਾਦਾ ਦਾਦੀ ਦਾ ਸਮਾਂ ਸੀਗਾ ਉੱਥੇ ਸਿਰਫ ਮਿੱਟੀ ਦੇ ਖਿਡੌਣੇ ਹੁੰਦੇ ਬਿਲਕੁਲ ਠੀਕ ਹੈ ਬੱਚੋ ਇੱਥੇ ਟਿਕ ਲਗਾਣੀ ਹੈ ਐਜੂਕੇਸ਼ਨ ਹੈਜ਼ ਪ੍ਰੀਵੇਲਡ ਆਫਟਰ ਇੰਡੀਪੈਂਡੈਂਸ ਤੇ ਆਜ਼ਾਦੀ ਤੋਂ ਬਾਅਦ ਜਿਹੜੀ ਸਾਡੀ ਐਜੂਕੇਸ਼ਨ ਹੈ ਉਹਦੇ ਵਿੱਚ ਵਾਧਾ ਹੋਇਆ ਹੈ ਪਰ ਉਹਦਾ ਪਸਾਰ ਹੋਇਆ ਹੈ ਬਿਲਕੁਲ ਠੀਕ ਹੈ ਟਿਕ ਲਗਾਵਾਂਗੇ ਦਾ ਚਿਲड्रन ਡੂ ਨਾਟ ਨੀਡ ਦਾ ਕੇਅਰ ਆਫ देयर ਪੇਰੈਂਟਸ ਤੇ ਮਤਲਬ ਬੱਚਿਆਂ ਨੂੰ ਜਿਹੜੀ ਕੋਈ ਦੇਖਭਾਲ ਦੀ ਜ਼ਰੂਰਤ ਨਹੀਂ ਹੁੰਦੀ ਪੇਰੈਂਟਸ ਦੀ ਬਿਲਕੁਲ ਗਲਤ ਹੈ ਬੱਚਿਓ ਇੱਥੇ ਆਪਾਂ ਕਰੌਸ ਲਗਾਵਾਂਗੇ ਵੀ ਸ਼ੁੱਡ ਨਾਟ ਵਾਚ ਟੈਲੀਵਿਜ਼ਨ ਫਾਰ ਅ ਲੌਂਗ ਟਾਈਮ ਸਾਨੂੰ ਲੰਬੇ ਸਮੇਂ ਤੱਕ ਟੈਲੀਵਿਜ਼ਨ ਨਹੀਂ ਦੇਖਣਾ ਚਾਹੀਦਾ ਬਿਲਕੁਲ ਠੀਕ ਹੈ ਟਿਕ ਲਗਾਵਾਂਗੇ ਵੀ ਸ਼ੁੱਡ ਸਪੈਂਡ ਟਾਈਮ ਵਿਦ आवर ਗ੍ਰੇਨ ਪੇਰੈਂਟਸ ਸਾਨੂੰ ਆਪਣੇ ਦਾਦਾ ਦਾਦੀ ਨਾਲ ਜ਼ਿਆਦਾ ਸਮਾਂ ਬਿਤਾਉਣਾ ਚਾਹੀਦਾ ਬਿਲਕੁਲ ਠੀਕ ਹੈ ਤੇ ਬੱਚਿਓ ਪਹਿਲਾ ਦੂਜਾ ਠੀਕ ਹੈ ਤੀਜਾ ਗਲਤ ਹੈ ਚੌਥਾ ਪੰਜਵਾਂ ਠੀਕ ਹੈ ਨੈਕਸਟ ਬੱਚਿਓ ਇਨ ਦਾ 올 ਟਾਈਮਸ ਵਾਟ ਕਾਈਂਡ ਆਫ ਟויਜ਼ ਡਿਡ द ਚਿਲਡਰਨ ਹੈਵ ਪੁਰਾਣੇ ਸਮੇਂ ਵਿੱਚ ਬੱਚਿਆਂ ਕੋਲ ਕਿੱਦਾਂ ਦੇ ਖਿਡੌਣੇ ਹੁੰਦੇ ਸੀ ਕੀ ਲਿਖਾਂਗੇ ਬੱਚਿਓ ਇਨ ਦਾ ਇਨ 올ਡ ਟਾਈਮਸ ਆ ਦਾ ਚਿਲਡਰਨ ਹੈਡ ਟויਜ਼ ਮੇਡ ਅਪ ਆਫ ਕਲੇ ਮਿੱਟੀ ਦੇ ਬਣੇ ਹੋਏ ਖਿਡੌਣੇ ਹੁੰਦੇ ਸੀ ਪੁਰਾਣੇ ਸਮੇਂ ਵਿੱਚ ਵਿਚ ਫੈਸਿਲਿਟੀਆਂ ਡੂ ਦਾ ਯੂਥ ਐਂਡ ਦਾ ਚਿਲਡਰਨ ਆਫ ਦਾ ਡੇ ਵਾਂਟ ਅੱਜਕੱਲ੍ਹ ਜਿਹੜਾ ਨੌਜਵਾਨ ਹੈ ਜਾਂ ਬੱਚੇ ਹੈ ਉਹ ਕਿੱਦਾਂ ਦੇ ਫੈਸਿਲਿਟੀਆਂ ਚਾਹੁੰਦੇ ਹਨ ਕਿੰਦਾਂ ਦੀਆਂ ਸਹੂਲਤਾਂ ਚਾਹੁੰਦੇ ਹਨ ਦਾ ਯੂਥ ਐਂਡ ਦਾ ਚਿਲਡਰਨ ਵਾਟ ਟੂ ਹੈਵ ਅ ਕੰਪਿਊਟਰ ਮੋਬਾਈਲ ਫੋਨ ਮੋਟਰਸਾਈਕਲ ਐਟ ਸੈਟਰਾ ਮਿਹੜਾ ਯੂਥ ਹੈ ਜਿਹੜੇ ਬੱਚੇ ਹੈ ਉਹ ਕੀ ਚਾਹੁੰਦੇ ਸਾਡੇ ਕੋਲ ਕੰਪਿਊਟਰ ਹੋਵੇ ਮੋਬਾਈਲ ਫੋਨ ਹੋਵੇ ਮੋਟਰਸਾਈਕਲ ਹੋਵੇ ਤੇ ਇਸ ਤਰ੍ਹਾਂ ਦੀਆਂ ਹੋਰ ਕਈ ਸਹੂਲਤਾਂ ਹੋਣ ਵਾਈ ਡੂ ਸਮ ਯੰਗ ਪੀਪਲ ਵਾਟ ਟੂ ਗੋ ਅਬ੍ਰੋਡ ਮਿਹੜਾ ਕੁਝ ਲੋਗ ਵਿਦੇਸ਼ਾਂ ਨੂੰ ਕਿਉਂ ਜਾਣਾ ਚਾਹੁੰਦੇ ਹਨ Some young people want to go abroad to have luxurious life. Means, aaram gaya ek jindagi jinwaaste, sukshibidhamo wali jindagi jinwaaste, and to earn more, or jada paise kamon le, loki, kuch loki, videshna vidhanga, chandey han. But are the advantages of living in the joint families? Means, joint family which ran the key key faide han. In the joint families, children remain safe and grow up better. ਤੇ ਜੁਆਇੰਟ ਫੈਮਿਲੀ ਦੇ ਜਿਹੜੇ ਬੱਚੇ ਹੈ ਉਹ ਸੇਫ ਰਹਿੰਦੇ ਹੈ ਤੇ ਚੰਗੇ ਪਾਲ ਜਾਂਦੇ ਹੈ ਮਤਲਬ ਇੰਨਾ ਵੀ ਲਿਖ ਸਕਦੇ ਆਪਾਂ ਇੰਨਾ ਵੀ ਲਿਖੋ ਤਾਂ ਵੀ ਠੀਕ ਹੈ ਲੇਕਿਨ ਜੇ ਥੋੜਾ ਜ਼ਿਆਦਾ ਲਿਖਣਾ ਹੈਗਾ ਤਾਂ ਲਾਈਨ ਜੋੜ ਦਿਓ ਨਾਲ ਐਂਡ ਦੇ ਲਰਨ ਟੂ ਰਿਸਪੈਕਟ देयर ਐਲਡਰ ਵੱਡਿਆਂ ਦੀ ਇੱਜ਼ਤ ਕਰਨਾ ਸਿੱਖਦੇ ਹਨ ਫੀਲਿੰਗ ਆਫ ਸੈਕਰੀਫਾਈਸ ਤਿਆਗ ਦੀ ਭਾਵਨਾ ਸਿੱਖਦੇ ਹਨ ਐਂਡ ਟੂ ਲਿਵ ਜੁਆਇੰਟਲੀ ਵਿਦ ਆਦਰਸ ਤੇ ਹੋਰ ਬੱਚਿਆਂ ਨਾਲ ਮਿਲ ਜੁਲ ਕੇ ਰਹਿਣਾ ਸਿੱਖਦੇ ਹਨ ਲਾਸਟ ਕੁਐਸਚਨ ਬੱਚਿਓ ਵਾਟ ਚੇਂजेस ਆਰ ਟੇਕਿੰਗ ਪਲੇਸ ਇਨ ਫੈਮਿਲੀਜ਼ ਵਿਦਾ ਚੇਂਜਿੰਗ ਟਾਈਮ ਤੇ ਸਮੇਂ ਦੇ ਬਦਲਣ ਦੇ ਨਾਲ ਨਾਲ ਫੈਮਿਲੀ ਵਿੱਚ ਕਿਹੜੀ ਕਿਹੜੀਆਂ ਚੇਂਜੇਜ਼ ਆਈਆਂ ਹਨ ਕਿਹੜੀ ਕਿਹੜੀਆਂ ਤਬਦੀਲੀਆਂ ਆਈਆਂ ਹਨ ਤੁਹਾਨੂੰ ਜੋ ਕੀ ਸੀ अर्ਲियर ਫੈਮਿਲੀਜ਼ ਵਰ ਜੋਇੰਟ ਫੈਮਿਲੀਜ਼ ਪਹਿਲਾਂ ਕੀ ਸੀ ਫੈਮਿਲੀ ਜੋਇੰਟ ਫੈਮਿਲੀਆਂ ਸੀਗੀਆਂ ਬਟ ਨਾਊ ਅਡੇਜ਼ ਫੈਮਿਲੀਜ਼ ਆਰ ਸਮਾਲ ਇਨ ਸਾਈਜ਼ ਲੇਕਿਨ ਅਜਕਲ ਕੀ ਹੈ ਫੈਮਿਲੀ ਹੈ ਉਸ ਸਾਈਜ਼ ਛੋਟੀ ਰਹਿ ਗਈ ਹੈ ਮਤਲਬ ਵੇਅਰ ਓਨਲੀ ਪੇਰੈਂਟਸ ਐਂਡ ðiਰ ਚਿਲਡਰਨ ਲਿਜੇ ਤੇ ਸਿਰਫ ਪੇਰੈਂਟਸ ਤੇ ਉਹਨਾਂ ਦੇ ਬੱਚੇ ਰਹਿੰਦੇ ਹਨ ਮਤਲਬ ਨਿਊਕਲੀਅਰ ਫੈਮਿਲੀਆਂ ਹੋ ਗਈਆਂ ਧੰਨਵਾਦ ਬੱਚਿਓ